ਸ੍ਰੀ ਅਕਾਲ। ਹੁਣ ਆਪਾਂ ਪਹੁੰਚੇ ਹਾਂ ਜੀ ਮਾਤਾ ਜੀਤ ਕੌਰ ਜੀ ਦੇ ਅਸਥਾਨ ਉੱਤੇ ਜੀ। ਇਹ ਆ ਗੁਰਦੁਆਰਾ ਸਾਹਿਬ ਜੀ, ਇਹ ਗੁਰਦੁਆਰਾ ਸਾਹਿਬ ਦਾ ਇਤਿਹਾਸ ਆ ਜੀ। ਬਿਲਡਿੰਗ ਬਣ ਰਹੀ ਹੈ ਨਵੀਂ ਜੀ। ਇਹ ਵੀ ਸਥਾਨ ਬਹੁਤ ਸੋਹਣਾ ਬਣਿਆ ਹੋਇਆ ਆ, ਪੂਰਾ ਹਰਿਆ ਭਰਿਆ ਸਥਾਨ ਆ ਜੀ ਇਹ। ਆ ਜਾਓ ਆਪਾਂ ਹੁਣ ਸਾਰੇ ਜਣੇ ਰਲ ਕੇ ਜੀ ਚੱਲਦੇ ਹਾਂ ਅੰਦਰ ਨੂੰ ਜੀ, ਦਰਸ਼ਨ ਕਰਦੇ ਹਾਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਜੀ, ਬਾਬਾ ਜੀ ਤੋਂ ਸਰਵਣ ਕਰਦੇ ਹਾਂ ਇਤਿਹਾਸ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ। ਵੀਡੀਓ ਚੰਗੀ ਲੱਗ ਰਹੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ। ਗੁਰੂ ਪਿਆਰੀ ਸਾਧ ਸੰਗਤ ਜੀ, ਜਿਸ ਅਸਥਾਨ ਤੇ ਆਪ ਜੀ ਬੈਠੇ ਆ, ਇਹ ਅਸਥਾਨ ਗੁਰਦੁਆਰਾ ਸਾਹਿਬ ਮਾਤਾ ਜੀਤ ਕੌਰ ਜੀ ਦੀ ਯਾਦ ਦੇ ਵਿੱਚ ਬਣਾਇਆ ਗਿਆ। ਮਾਤਾ ਜੀਤ ਕੌਰ ਜੀ ਧੰਨ ਧੰਨ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੱਡੇ ਮਹਿਲ ਸਨ। ਮਹਿਲ ਤੋਂ ਭਾਵ ਸਤਿਗੁਰਾਂ ਜੀ ਦੀ ਵੱਡੀ ਪਤਨੀ। ਇੱਕ ਸਮੇਂ ਮਾਤਾ ਜੀ ਨੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਸਾਨੂੰ ਸੁਰਤੀ ਲਗਾਉਣ ਦੀ ਵਿਧੀ ਦੱਸੋ। ਸਤਿਗੁਰਾਂ ਕਿਰਪਾ ਕਰਕੇ ਸੁਰਤੀ ਲਗਾਉਣ ਦੀ ਵਿਧੀ ਦੱਸ ਕੇ ਮਾਤਾ ਜੀ ਨੂੰ ਸੁਰਤੀ ਰਾਹੀਂ ਅੰਤਰ ਧਿਆਨ ਹੋ ਕੇ ਦਿਖਾਇਆ। ਮੁਗਲ ਫੌਜਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਹੋਇਆ, ਘਮਸਾਣ ਦੀ ਜੰਗ ਹੋ ਰਹੀ ਹੈ। ਅਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣਾ, ਸਰਸਾ ਦੇ ਪਰਿਵਾਰ ਵਿਛੋੜਾ, ਚਮਕੌਰ ਸਾਹਿਬ ਵਿਖੇ ਜੰਗ ਵਿੱਚ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਸਾਕਾ, ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ, ਸੂਬਾ ਸਰਹੰਦ ਸਾਹਮਣੇ ਪੇਸ਼ੀ, ਉਸ ਤੋਂ ਬਾਅਦ ਫਿਰ ਸ਼ਹੀਦੀ ਸਾਕਾ, ਇਹ ਸਭ ਕੁਝ ਦੇਖ ਕੇ ਮਾਤਾ ਜੀ ਨੇ ਸਤਿਗੁਰਾਂ ਤੋਂ ਪੁੱਛਿਆ, ਸਤਿਗੁਰੂ ਜੋ ਅਸੀਂ ਦੇਖਿਆ ਇਹ ਸਪਨਾ ਹੈ ਜਾਂ ਹਕੀਕਤ? ਸਤਿਗੁਰਾਂ ਫਰਮਾਇਆ, ਅਕਾਲ ਪੁਰਖ ਵਾਹਿਗੁਰੂ ਦਾ ਭਾਣਾ ਵਰਤਣਾ, ਇਸੇ ਤਰ੍ਹਾਂ ਹੋ ਕੇ ਰਹਿਣਾ, ਇਹ ਹਕੀਕਤ ਹੈ। ਮਾਤਾ ਜੀ ਨੇ ਬੇਨਤੀ ਕੀਤੀ, ਸਤਿਗੁਰੂ ਕਿਰਪਾ ਕਰੋ, ਅਸੀਂ ਇੰਨਾ ਵੱਡਾ ਸਾਕਾ ਨਹੀਂ ਦੇਖਣਾ ਚਾਹੁੰਦੇ, ਸਾਨੂੰ ਸੱਚਖੰਡ ਜਾਣ ਦੀ ਆਗਿਆ ਦਿਓ। ਸਤਿਗੁਰਾਂ ਕਿਹਾ, ਜਾ ਸਕਦੇ ਹਾਂ। ਸਤਿਗੁਰਾਂ ਤੋਂ ਆਗਿਆ ਪਾ ਕੇ ਮਾਤਾ ਜੀ 1380 ਸਮਤ 1757 ਨੂੰ ਅਨੰਦਪੁਰ ਸਾਹਿਬ ਵਿਖੇ ਪੰਜ ਭੂਤਕ ਸਰੀਰ ਨੂੰ ਤਿਆਗ ਕੇ ਸੱਚਖੰਡ ਪਿਆਨਾ ਕਰ ਗਏ। ਗੁਰਦੁਆਰਾ ਸਾਹਿਬ ਵਿੱਚ ਚਾਹ ਦਾ ਲੰਗਰ ਅਤੇ ਨਾਲ ਪਾਪੜਾ ਦਾ ਲੰਗਰ ਚੱਲ ਰਿਹਾ ਹੈ ਜੀ। ਇਸ ਗੁਰਦੁਆਰਾ ਸਾਹਿਬ ਤੋਂ ਬਾਅਦ ਆਪਾਂ ਅਗਲੇ ਗੁਰਦੁਆਰਾ ਸਾਹਿਬ ਜਾਵਾਂਗੇ, ਜਿੱਥੇ ਮਾਤਾ ਸਾਹਿਬ ਦੇਵਾਂ ਜੀ ਨੇ ਭਗਤੀ ਕੀਤੀ ਸੀ ਅਤੇ ਮਾਤਾ ਸਾਹਿਬ ਦੇਵਾਂ ਜੀ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਲੰਗਰ ਛਕਾਉਂਦੇ ਹੁੰਦੇ ਸੀ, ਉਹਨਾਂ ਨੂੰ ਪ੍ਰਸ਼ਾਦਾ ਛਕਾਉਂਦੇ ਸੀ ਜੀ। ਆਪਾਂ ਦਰਸ਼ਨ ਕਰ ਲੈਂਦੇ ਜੀ ਇਸ ਸਥਾਨ ਦੇ। ਇਹ ਬਾਬਾ ਜੀ ਉਰੇ ਸਟਾਲ ਲੱਗੀ ਹੋਈ ਬਾਬਾ ਜੀ ਦਾ ਜੀ, ਇਹ ਬਹੁਤ ਘੱਟ ਰੇਟਾਂ ਦੇ ਬਾਬਾ ਜੀ ਸਮਾਨ ਵੇਚਦੇ ਨੇ ਜੀ। ਸਾਰੇ ਗੁਰਦੁਆਰਿਆਂ ਦਾ ਇਤਿਹਾਸ ਹੈਗਾ, ਹਜ਼ੂਰ ਸਾਹਿਬ ਦੇ ਜਿੰਨੇ ਇੱਥੋਂ ਦੇ ਗੁਰਦੁਆਰੇ ਨੇ ਇਹ ਸਾਰੇ ਗੁਰਦੁਆਰਿਆਂ ਦਾ ਇਤਿਹਾਸ ਹੈ ਭਾਈ। ਇਹ ਸੱਚਖੰਡ ਵਿੱਚ 22 ਗੁਰਦੁਆਰੇ ਹੈਗੇ, ਇਹ 22 ਗੁਰਦੁਆਰਿਆਂ ਦਾ ਇਤਿਹਾਸ ਹੈਗਾ। ਇਹ ਕਿਤਾਬ ਆ ਜੀ, ਨਾਲ ਨਾਲ ਗੁਰਦੁਆਰਿਆਂ ਦੀਆਂ ਫੋਟੋਆਂ ਹੈ, ਨਾਲ ਨਾਲ ਇਤਿਹਾਸ ਲਿਖਿਆ, ਨਾਲ ਨਾਲ ਇਤਿਹਾਸ ਹੈ, ਨਾਲ ਨਾਲ ਗੁਰਦੁਆਰਿਆਂ ਦੀਆਂ ਫੋਟੋਆਂ ਨੇ। ਇਹ ਤੁਸੀਂ ਲਿਖ ਸਕਦੇ ਹੋ ਬਾਬਾ ਜੀ, ਕਿੰਨੇ ਦੀ ਆ ਜੀ ਇਹ? 40 ਰੁਪਏ ਦੀ ਕਿਤਾਬ ਹੈ ਜੀ। 40 ਰੁਪਏ ਦੀ ਕਿਤਾਬ ਆ ਜੀ, 22 ਗੁਰਦੁਆਰਿਆਂ ਦਾ ਇਤਿਹਾਸ, 22 ਗੁਰਦੁਆਰਿਆਂ ਦਾ ਇਤਿਹਾਸ ਹੈ। ਤੁਹਾਨੂੰ ਉਰੇ ਹੋਰ ਦੱਸਦੇ ਹਾਂ, ਇਹ ਆ ਗੁਲੇਲ ਜੀ,
ਦਸਵੇਂ ਪਾਤਸ਼ਾਹ ਨੇ ਨਾ ਸਭ ਤੋਂ ਪਹਿਲਾਂ ਜਿਹੜਾ ਸ਼ਸਤਰ ਬਣਾਇਆ ਸੀ ਉਹ ਇਹ ਗੁਲੇਲ ਬਣਾਇਆ ਸੀਗਾ ਜੀ, ਅਤੇ ਜਿਹੜੀ ਇਹ ਗੁਲੇਲ ਆ ਇਹਦੀ ਮਾਰ ਜੀ ਇਸ ਜਗ੍ਹਾ ਤੋਂ ਖੜ ਕੇ ਜਿਹੜਾ ਉਹ ਸਾਹਮਣੇ ਬੋਰਡ ਆ ਉੱਥੇ ਤੱਕ ਜਾਂਦੀ ਆ ਜੀ ਇਹ, ਅਤੇ ਇਹ ਆ ਗੁਲੇਲ ਜੀ ਇਸ ਜਗ੍ਹਾ ਤੋਂ ਬਾਬਾ ਜੀ ਤੋਂ ਅਸੀਂ ਲਈ ਸੀ ਪਿਛਲੇ ਸਾਲ, ਅਤੇ ਇਹ ਬਣੇ ਹੋਏ ਨੇ ਰੂਮ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਜੀ। ਆ ਜਾਓ ਆਪਾਂ ਚੱਲਦੇ ਹਾਂ ਹੁਣ ਅਗਲੇ ਸਥਾਨ ਵੱਲ ਨੂੰ ਜੀ, ਅਗਲੇ ਗੁਰਦੁਆਰਾ ਸਾਹਿਬ ਵੱਲ ਨੂੰ ਜੀ, ਬਣੇ ਰਹੋ ਪੂਰੀ ਵੀਡੀਓ ਦੇ ਵਿੱਚ ਸਾਡੇ ਨਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੁਣ ਆਪਾਂ ਪਹੁੰਚੇ ਹਾਂ ਜੀ ਮਾਤਾ ਸਾਹਿਬ ਦੇਵਾ ਜੀ ਦੇ ਸਥਾਨ ਦੇ ਉੱਤੇ। ਇਹ ਆ ਜੀ ਮਾਤਾ ਸਾਹਿਬ ਦੇ ਜੀ ਦੇਵਾ ਜੀ ਦਾ ਸਥਾਨ ਜੀ, ਚੱਲਦੇ ਹਾਂ ਆਪਾਂ ਦਰਸ਼ਨ ਕਰਦੇ ਹਾਂ ਇਸ ਸਥਾਨ ਦੇ ਜੀ। ਮਾਤਾ ਜੀਤੋ ਜੀ, ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ, ਸਤਿਗੁਰ ਪਾਤਸ਼ਾਹ ਜੀ ਜਦੋਂ ਜੰਗਾਂ ਯੁੱਧਾਂ 'ਚੋਂ ਵਿਹਲੇ ਹੋ ਕੇ ਤਲਵੰਡੀ ਸਾਹਿਬੋ ਕੀ ਤਖ਼ਤ ਦਮਦਮਾ ਸਾਹਿਬ ਤੋਂ ਦੱਖਣ ਦੇਸ਼ ਦੀ ਤਿਆਰੀ ਕੀਤੀ ਤਾਂ ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਦੇਵਾਂ ਜੀ ਰਹਿ ਗਏ ਸਨ, ਬਾਕੀ ਸਾਰਾ ਪਰਿਵਾਰ ਪਾਤਸ਼ਾਹ ਦਾ ਧਰਮ ਲੇਖੇ ਸ਼ਹੀਦ ਹੋ ਚੁੱਕਾ ਸੀ। ਦਿੱਲੀ ਦੀਆਂ ਸੰਗਤਾਂ ਨੇ ਬੇਨਤੀ ਕਰਕੇ ਮਾਤਾ ਸੁੰਦਰੀ ਜੀ ਨੂੰ ਦਿੱਲੀ ਰੱਖ ਲਿਆ ਸੀ ਅਤੇ ਮਾਤਾ ਸਾਹਿਬ ਦੇਵਾਂ ਜੀ ਦੱਖਣ ਦੇਸ਼ ਗੁਰੂ ਜੀ ਦੇ ਨਾਲ। ਇੱਥੇ ਆ ਕੇ ਸਭ ਤੋਂ ਪਹਿਲਾਂ ਸਤਿਗੁਰ ਪਾਤਸ਼ਾਹ ਜੀ ਡੇਰਾ ਗੁਰਦੁਆਰਾ ਹੀਰਾ ਘਾਟ ਸਾਹਿਬ ਲਾਇਆ। 4-5 ਦਿਨ ਕਥਾ ਕੀਰਤਨ ਦੇ ਦੀਵਾਨ ਸਜਾਏ। ਫਿਰ ਗੁਰੂ ਸਾਹਿਬ ਜੀ ਨੇ ਹੁਕਮ ਕੀਤਾ ਸ਼ਿਕਾਰ ਲਈ ਤਿਆਰੀ ਕੀਤੀ ਜਾਵੇ ਤਾਂ ਮਾਤਾ ਸਾਹਿਬ ਦੇਵਾਂ ਜੀ ਨਾਲ ਚੱਲ ਕੇ ਇਸ ਅਸਥਾਨ 'ਤੇ ਆਏ। ਜਦੋਂ ਗੁਰੂ ਸਾਹਿਬ ਜੀ ਨੇ ਮਾਤਾ ਸਾਹਿਬ ਦੇਵਾਂ ਜੀ ਵੱਲ ਵੇਖਿਆ ਤਾਂ ਭਾਈ ਦਇਆ ਸਿੰਘ ਜੀ ਨੂੰ ਹੁਕਮ ਕੀਤਾ, ਤੁਸੀਂ ਆਪਣੀ ਮਾਤਾ ਜੀ ਨੂੰ ਵਾਪਸ ਡੇਰੇ ਜਾਣ ਲਈ ਕਹੋ, ਅੱਗੇ ਬਹੁਤ ਸੰਘਣਾ ਜੰਗਲ ਹੈ, ਅਸੀਂ ਇੱਕ ਵਿਛੜੀ ਹੋਈ ਰੂਹ ਦੀ ਭਾਲ ਕਰਕੇ ਇਸ ਦੀ ਮੁਕਤੀ ਕਰਨੀ ਹੈ। ਗੁਰੂ ਸਾਹਿਬ ਜੀ ਨੇ ਸ਼ਿਕਾਰ ਘਾਟ ਵਾਲੇ ਅਸਥਾਨ 'ਤੇ ਜਾ ਕੇ ਇੱਕ ਸਹਿ ਦਾ ਤੀਰ ਨਾਲ ਸ਼ਿਕਾਰ ਕੀਤਾ, ਬਹਾਦਰ ਸ਼ਾਹ ਨਾਲ ਸੀ। ਬਹਾਦਰ ਸ਼ਾਹ ਨੇ ਕਿਹਾ ਗੁਰੂ ਸਾਹਿਬ ਜੀ ਭੋਲਾ ਜਾਨਵਰ ਮਾਰਿਆ ਗਿਆ। ਗੁਰੂ ਸਾਹਿਬ ਜੀ ਫਰਮਾਉਂਦੇ ਹਨ ਪਿਆਰੀ ਸਾਧ ਸੰਗਤ ਜੀ, ਇਹ ਭੋਲਾ ਜਾਨਵਰ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਦੇ ਸਮੇਂ। ਇਹ ਆ ਜੀ ਗੋਦਾਵਰੀ ਨਦੀ, ਗੋਦਾਵਰੀ ਨਦੀ ਦੇ ਕੰਢੇ 'ਤੇ ਬਣਿਆ ਹੋਇਆ ਜੀ ਇਹ ਅਸਥਾਨ, ਬਹੁਤ ਸੋਹਣਾ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ। ਸਤਿਯੁਗੀ ਮਾਤਾ ਸਾਹਿਬ ਦੇਵਾ ਜੀ ਨੇ ਇਸ ਜਗ੍ਹਾ ਭਗਤੀ ਕੀਤੀ ਸੀ। ਮਾਤਾ ਸਾਹਿਬ ਦੇਵਾ ਜੀ ਦਾ ਆਪਾਂ ਭਗਤੀ ਅਸਥਾਨ ਤਪ ਅਸਥਾਨ ਦੇਖਾਂਗੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਐਂਡ ਤੱਕ ਸਾਡੇ ਨਾਲ ਜੀ।
ਹੁਣ ਆਪਾਂ ਦਰਸ਼ਨ ਕਰਾਂਗੇ ਜੀ ਤਪ ਸਥਾਨ ਮਾਤਾ ਸਾਹਿਬ ਦੇਵਾਂ ਜੀ ਦੇ। ਜੀ ਆਓ ਚੱਲਦੇ ਹਾਂ ਜੀ, ਦਰਸ਼ਨ ਕਰਦੇ ਹਾਂ। ਇਸ ਤਪ ਸਥਾਨ ਦੇ ਨਾਲ ਹੀ ਬਣਿਆ ਹੋਇਆ ਜੀ ਸਿੱਖ ਅਜਾਇਬ ਘਰ, ਜੋ ਕਿ ਇਤਿਹਾਸ ਨੂੰ ਦਰਸਾਉਂਦਾ ਹੈ ਅਤੇ ਸਿੱਖੀ ਇਤਿਹਾਸ ਬਾਰੇ ਜਾਣਕਾਰੀ ਦਿੰਦਾ ਹੈ ਜੀ। ਜਣੀ ਉਹਦੇ ਵਿੱਚ ਜਿਹੜੀਆਂ ਤਸਵੀਰਾਂ ਲੱਗੀਆਂ ਹੋਈਆਂ ਨੇ ਆਪਣੇ ਗੁਰੂ ਸਾਹਿਬਾਨ ਦੀਆਂ, ਭਗਤ ਸਾਹਿਬਾਨ ਦੀਆਂ, ਜਣੀ ਇਤਿਹਾਸ ਨੂੰ ਦਰਸਾਉਂਦੀਆਂ ਹੋਈਆਂ ਅੰਦਰ ਤਸਵੀਰਾਂ ਲੱਗੀਆਂ ਹੋਈਆਂ ਨੇ। ਬਹੁਤ ਸੋਹਣਾ ਇਹ ਅਜਾਇਬ ਘਰ ਵੀ ਬਣਿਆ ਹੋਇਆ ਜੀ। ਇਸ ਜਗ੍ਹਾ ਮਾਤਾ ਸਾਹਿਬ ਦੇਵਾ ਜੀ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਪ੍ਰਸ਼ਾਦਾ ਛਕਾਉਂਦੇ ਹੁੰਦੇ ਸੀਗੇ। ਮਾਤਾ ਸਾਹਿਬ ਦੇਵਾ ਜੀ ਦੀ ਚੱਕੀ ਪਈ ਆ ਇਸ ਗੁਰਦੁਆਰਾ ਸਾਹਿਬ ਦੇ ਵਿੱਚ, ਆਪਾਂ ਉਹਦੇ ਵੀ ਦਰਸ਼ਨ ਕਰਾਂਗੇ ਜੀ। ਜਣੀ ਬਹੁਤ ਸੋਹਣਾ ਸਥਾਨ ਜੀ, ਵੱਡਾ ਸਥਾਨ ਇਹ ਬਣਿਆ ਹੋਇਆ ਆ, ਦਰਖਤ ਲੱਗੇ ਹੋਏ ਨੇ, ਨੇਚਰ ਆ, ਕੁਦਰਤ ਆ, ਬਹੁਤ ਸੋਹਣਾ ਇਹ ਸਥਾਨ ਲੱਗਦਾ ਆ। ਤੁਸੀਂ ਵੀ ਜਦੋਂ ਕਦੇ ਹਜ਼ੂਰ ਸਾਹਿਬ ਦੀ ਅਬਚਨ ਨਗਰ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਆਵੋ ਤਾਂ ਇਹ ਜਿਹੜੇ ਅਸਥਾਨ ਨੇ, ਲੋਕਲ ਅਸਥਾਨ ਨੇ, ਇਹਨਾਂ ਦੇ ਦਰਸ਼ਨ ਵੀ ਜ਼ਰੂਰ ਕਰਿਓ ਜੀ। ਜੇਕਰ ਤੁਸੀਂ ਸਾਡੇ ਚੈਨਲ 'ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ, ਬੈੱਲ ਆਈਕਨ ਦੱਬ ਲਿਓ ਤਾਂ ਜੋ ਵੀ ਅਸੀਂ ਵੀਡੀਓ ਪਹਿਲਾਂ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਪਹਿਲਾਂ ਮਿਲ ਸਕੇ ਜੀ। ਬਣੇ ਰਹੋ ਪੂਰੀ ਵੀਡੀਓ ਦੇ ਵਿੱਚ ਜੀ ਪ੍ਰਿੰਸ ਪੰਜਾਬੀ ਟਰੈਵਲਰ ਚੈਨਲ ਦੇ ਨਾਲ ਜੀ। ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਉਸ ਜਗ੍ਹਾ ਜੀ, ਜਿਸ ਜਗ੍ਹਾ ਦਸਵੇਂ ਪਾਤਸ਼ਾਹ ਸੰਗਤ ਦੇ ਨਾਲ ਬੈਠ ਕੇ ਇਸ ਜਗ੍ਹਾ ਪ੍ਰਸ਼ਾਦਾ ਛਕਦੇ ਸੀਗੇ ਜੀ। ਮਾਤਾ ਸਾਹਿਬ ਦੇਵਾ ਜੀ ਦਸਵੇਂ ਪਾਤਸ਼ਾਹ ਨੂੰ ਪ੍ਰਸ਼ਾਦਾ ਛਕਾਉਂਦੇ ਸੀ ਜੀ। ਇਹ ਚੱਕੀ ਆ ਮਾਤਾ ਸਾਹਿਬ ਦੇਵਾ ਜੀ ਦੀ। ਆ ਜਾਓ ਆਪਾਂ ਚੱਲਦੇ ਹਾਂ ਗੁਰੂ ਕੇ ਲੰਗਰਾਂ ਵੱਲ ਨੂੰ। ਲੰਗਰ ਮਾਤਾ ਸਾਹਿਬ ਦੇਵਾ ਜੀ ਦੇ ਨਾਮ 'ਤੇ ਇਹ ਲੰਗਰ ਹਾਲ ਬਣਿਆ ਹੋਇਆ ਜੀ, ਬਹੁਤ ਵੱਡਾ ਇਹ ਲੰਗਰ ਹਾਲ ਬਣਿਆ ਹੋਇਆ। ਪ੍ਰਸ਼ਾਦਾ ਆਪਣੀ ਲੋੜ ਅਨੁਸਾਰ ਉਨਾ ਕੁ ਲੈਣਾ ਚਾਹੀਦਾ ਜਿੰਨਾ ਕੁ ਆਪਾਂ ਛਕ ਸਕਦੇ ਹਾਂ ਜੀ। ਗੁਰਦੁਆਰਾ ਸਾਹਿਬ ਦੇ ਬਾਹਰ ਬਣੀ ਹੋਈ ਹੈ ਜੀ ਛੋਟੀ ਜਿਹੀ ਮਾਰਕੀਟ, ਤੁਸੀਂ ਦੇਖ ਸਕਦੇ ਹੋ। ਇੱਥੋਂ ਆਪਾਂ ਜੇਕਰ ਸਿਰ ਢਕਣ ਲਈ ਰੁਮਾਲ ਲੈਣਾ ਹੋਵੇ ਤਾਂ ਆਪਾਂ ਲੈ ਸਕਦੇ ਹਾਂ ਜੀ। ਅੱਗੇ ਜੀ ਮਾਤਾ ਜੀ ਵੇਚ ਰਹੇ ਨੇ ਤਰਬੂਜ, ਆਓ ਆਪਾਂ ਵੀ ਛਕਦੇ ਹਾਂ ਨੰਦੇੜ ਸਾਹਿਬ ਦਾ ਅਬਚਲ ਨਗਰ ਦਾ ਤਰਬੂਜ ਜੀ। ਇਹ ਆ ਜੀ ਅਨਾਰ ਦੇ ਦਾਣਿਆਂ ਦਾ ਗਲਾਸ, 20 ਰੁਪਏ ਦਾ ਆ ਇਹ ਗਲਾਸ, ਅਤੇ ਆ ਆ ਤਰਬੂਜ, ਇਹ 10 ਰੁਪਏ ਦਾ ਗਲਾਸ ਆ। ਆਹ ਤਰਬੂਜ ਇਹ 10 ਰੁਪਏ ਦਾ ਗਲਾਸ ਆ, ਆਹ ਸਾਡੀ ਮਾਤਾ ਸੇਲ ਕਰਦੀ ਆ, ਅਤੇ ਇਹ ਖਾ ਰਹੇ ਹਾਂ ਅਸੀਂ ਅਨਾਰ ਦੇ ਦਾਣੇ। ਇੱਕ ਸਾਡੀ ਭੈਣ ਉਹ ਬੈਠੀ ਆ, ਉਹ ਵੇਚਦੀ ਆ। ਇਹ ਆ ਜੀ 20 ਰੁਪਏ ਦਾ ਗਲਾਸ ਅਨਾਰ ਦੇ ਦਾਣਿਆਂ ਦਾ, ਅਤੇ ਘਾ ਇਮਲੀ ਦੇ ਇਮਲੀ ਆ, ਇਹ ਕਿੰਨੇ 10 ਰੁਪਏ ਦੀ ਇਮਲੀ, 20 ਰੁਪਏ ਪਾਈਨਐਪਲ ਵੀ 20 ਰੁਪਏ ਦਾ ਜੀ। ਆਹ ਸਾਡੀ ਭੈਣ ਵੇਚਦੀ ਆ ਇਸ ਜਗ੍ਹਾ ਦੇ ਉੱਤੇ, ਇਹ ਸਥਾਨ ਆਪਣਾ ਇਹਦੇ ਸਾਹਮਣੇ ਵੇਚਦੀ ਹੈ ਭੈਣ। ਆਪਾਂ ਸਭ ਨੇ ਮਿਲ ਕੇ ਜੀ ਦਰਸ਼ਨ ਕਰ ਲਏ ਨੇ ਇਸ ਸਥਾਨ ਦੇ ਜੀ, ਮੈਂਬਰ ਆਪਣੇ ਗੱਡੀਆਂ ਦੇ ਵਿੱਚ ਬੈਠ ਗਏ ਨੇ, ਅਤੇ ਚੱਲਦੇ ਹਾਂ ਆਪਾਂ ਜੀ ਅਗਲੇ ਸਥਾਨ ਵੱਲ ਨੂੰ। ਸਤਿ ਸ਼੍ਰੀ ਅਕਾਲ।
ਇਹ ਗੁਰਦੁਆਰਾ ਸਾਹਿਬ ਹੀਰਾ ਘਾਟ ਸਾਹਿਬ ਆ ਜੀ।